ਕਾਂਗਰਸ ਆਪਣੇ ਦਿੱਗਜ ਆਗੂਆਂ ਨੂੰ ਚੋਣਾਂ ਦੇ ਵਿੱਚ ਉਤਾਰ ਰਹੀ ਹੈ ਔਰ ਉਤਾਰਿਆ ਵੀ ਹੈ ਸਾਰੇ ਮੇਨ ਲੀਡਰਸ ਨੂੰ ਤੁਸੀਂ ਟਿਕਟਾਂ ਦਿੱਤੀਆਂ ਬਾਜਵਾ ਸਾਹਿਬ ਖੁਦ ਕਿਉਂ ਨਹੀਂ ਲੜੇ ਵੇਖੋ ਮੈਨੂੰ ਵੀ ਆਫਰ ਕੀਤੀ ਗਈ ਮੈਨੂੰ ਆਈ ਵਾਸ ਟੋਲਡ ਕੈਟੇਗੋਰਿਕਲੀ ਕਿ ਤੁਸੀਂ ਗੁਰਦਾਸਪੁਰ ਲੜਨੀ ਹੈ ਤੇ ਵੜਿੰਗ ਸਾਹਿਬ ਵੀ ਉਤਰਨ ਦੇ ਮਨਾਂ ਬਟ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਮੈਨੂੰ ਇਹ ਦੱਸੋ ਕਿ ਜੇ ਸਾਰੇ ਆਦਮ ਹੀ ਇਲੈਕਸ਼ਨ 'ਚ ਚਲੇਗੇ ਪਿੱਛੇ ਸਾਰੀ ਕੈਂਪੇਨ ਨੂੰ ਸਾਂਭੇਗਾ ਕੌਣ ਕਾਂਗਰਸ ਨੇ ਜਿਸ ਤਰੀਕੇ ਨਾਲ ਟਿਕਟਾਂ ਦਿੱਤੀਆਂ ਇਹ ਮੰਨਿਆ ਗਿਆ ਜਾਂ ਅਸੀਂ ਵੀ ਰੋਜ਼ ਖਬਰਾਂ 'ਚ ਬੋਲਦੇ ਸੀ ਕਿ ਕਾਂਗਰਸ ਆਪਣੇ ਦਿੱਗਜ ਆਗੂਆਂ ਨੂੰ ਚੋਣਾਂ ਦੇ ਵਿੱਚ ਉਤਾਰ ਰਹੀ ਹੈ ਔਰ ਉਤਾਰਿਆ ਵੀ ਹੈ ਸਾਰੇ ਮੇਨ ਲੀਡਰਸ ਨੂੰ ਤੁਸੀਂ ਟਿਕਟਾਂ ਦਿੱਤੀਆਂ ਬਾਜਵਾ ਸਾਹਿਬ ਖੁਦ ਕਿਉਂ ਨਹੀਂ ਲੜੇ ਮੈਨੂੰ ਵੀ ਆਫਰ ਕੀਤੀ ਗਈ ਮੈਨੂੰ ਆਈ ਵਾਸ ਟੋਲਡ ਕੈਟੇਗੋਰਿਕਲੀ ਕਿ ਤੁਸੀਂ ਗੁਰਦਾਸਪੁਰ ਲੜਨੀ ਹੈ ਤੇ ਵੜਿੰਗ ਸਾਹਿਬ ਵੀ ਉਤਰਨ ਦੇ ਮਨਾਂ ਬਟ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਮੈਨੂੰ ਇਹ ਦੱਸੋ ਕਿ ਜੇ ਸਾਰੇ ਆਦਮ ਹੀ ਇਲੈਕਸ਼ਨ ਚ ਚਲੇ ਗਏ ਪਿੱਛੇ ਸਾਰੀ ਕੈਂਪੇਨ ਨੂੰ ਸਾਂਭੇਗਾ ਕੌਣ ਇਹਨੂੰ ਮੈਨੇਜ ਕੌਣ ਕਰੇਗਾ ਤੋ ਮੈਨੇਜਮੈਂਟ ਵਾਸਤੇ ਸੀਨੀਅਰ ਮੋਸਟ ਕਾਂਗਰਸਮੈਨ ਨੂੰ ਉਹਨਾਂ ਨੇ ਫਿਰ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਕਿ ਸਾਡੇ ਕੋਲ ਦੋ ਤਿੰਨ ਬੜੇ ਦਿਗਜ ਲੀਡਰ ਨੇ ਗੁਰਦਾਸਪੁਰ ਤੁਹਾਨੂੰ ਸੀਟ ਜਿੱਤੀ ਚਾਹੀਦੀ ਹੈ ਪ੍ਰਤਾਪ ਸਿੰਘ ਬਾਜਵਾ ਅਸ਼ੋਰੈਂਸ ਦੇ ਹੂੰ ਤੁਸੀਂ ਮੇਰੀ ਜਗ੍ਹਾ ਤੇ ਨੰਬਰ 2 ਰੰਧਾਵਾ ਸਾਹਿਬ ਨੂੰ ਲੈ ਆਓ ਉਸਾ ਤੇ ਪਰ ਰਜਿੰਦਰ ਸਿੰਘ ਬਾਜਵਾ ਨੂੰ ਲੈ ਆਓ ਅਸੀਂ ਸੀਟ ਜਿੱਤ ਕੇ ਦਾਂਗੇ देन दे एग्रीड ਕਿ ਠੀਕ ਹੈ ਵੀ ਨੀਡ ਸਮਬਡੀ टू लुक आफ्टर द होल कैंपेन इन द होल स्टेट हाउ टू मैनेज कांग्रेस अफेयर्स ਹੁਣ ਕਿਸੇ ਨੂੰ ਬਣਾਉਣਾ ਪੈਂਦਾ ਕਿਸੇ ਨੂੰ ਨਾਲ ਜੋੜਨਾ ਪੈਂਦਾ ਇਹ ਰੋਜ਼ ਕੰਮ ਕਰਨਾ ਪੈਂਦਾ ਬਾਜਵਾ ਸਾਹਿਬ ਤੁਹਾਡੇ ਉੱਪਰ ਇਲਜ਼ਾਮ ਇਹ ਹੈ ਕਿ ਤੁਸੀਂ ਨਾ 27 ਵਸਤੇ ਟਾਰਗੇਟ ਕਰ ਰਹੇ ਹੋ ਤੁਸੀਂ ਬੜਾ ਗਰਾਉਂਡ ਕਲੀਅਰ ਕੀਤਾ ਕਿ ਰਾਜਾ ਬਣਿੰਗ ਨੂੰ ਐਮਪੀ ਬਣਾ ਕੇ ਭੇਜ ਦੋ ਸੁਖਜਿੰਦਰ ਸਿੰਘ ਰੰਧਾਵਾ ਨੂੰ ਭੇਜ ਦੋ ਸਿੱਧੂ ਨੂੰ ਕਮੈਂਟਰੀ ਕਰਨ ਲਗਾ ਦਿੱਤਾ ਬਾਜਵਾ ਦੇ ਲਈ ਪੂਰਾ ਮਤਲਬ ਅੱਗੇ ਰੋਡ ਕਲੀਅਰ ਹੈ ਮੁੱਖ ਮੰਤਰੀ ਦੀ ਕੁਰਸੀ ਵਾਲੇ ਪਾਸੇ ਜਾਣ ਦੇ ਕੋ ਇਹ ਬਿਲਕੁਲ ਬੇਬੁਨਿਆਦ ਗੱਲਾਂ ਹੈ ਸਾਰੀ ਕਲੀਅਰ ਤੇ ਗੁਰੂ ਮਾਰਾ ਸਾਹਿਬ ਦੇ ਹੱਥ ਚ ਹੁੰਦਾ ਵੱਡੇ ਤੋਂ ਵੱਡੀ ਕਲੀਅਰੈਂਸ ਤੋਂ ਬਾਅਦ ਅੱਜ ਜਿਸੀ ਸੀਟਾਂ ਜਤੰਗਤ ਸਤਾਈ ਕਲੀਅਰ ਹੋਏਗਾ ਐਂਡ ਥੇਰ ਇਜ਼ ਨੋ ਅੰਬਰਗੋ ਜੇ ਕੋਈ ਸਤਾਈ ਚਾਣਾ ਵੀ ਚਾਹੇ ਤੇ ਐਮਪੀ ਨੂੰ ਉਸੇ ਟਾਈਮ ਅਸਤੀਫਾ ਦੇ ਕੇ ਅਸੈਂਬਲੀ ਲੜਾਇਆ ਜਾ ਸਕਦਾ ਇਹ ਤਾਂ ਕੋਈ ਐਹੋ ਜੀ ਗੱਲ ਹੈ ਨਹੀਂ ਥੇਰ ਇਜ਼ ਨੋ ਸੱਚ ਥਿੰਗ ਕਿ ਦੀ ਕੋਈ ਇਹਨਾਂ ਦੇ ਕਿਸੇ ਨੂੰ ਪੱਕੇ ਤੌਰ ਬੰਨ ਕੇ ਰੱਖ ਲਿਆ ਤੇ ਹੁਣ ਇਹ ਸਤਾਈ ਤੱਕ ਵਾਪਸ ਸਮਝੋ ਇਹ 5 ਸਾਲ ਅਗਲਿਆਂ ਤੱਕ ਵਾਪਸ ਆ ਹੀ ਨਹੀਂ ਸਕਦਾ 29 ਤੱਕ ਲੇਕਨ ਕਮ ਐਨੀ ਸੋ ਮੈਂ ਤੁਹਾਡੇ ਦਾਵੇਦਾਰ ਹਾਂ ਅੰਜੇ ਚੇਦਾਪੂਚ ਸੀਐਮ ਦੇ ਦਾਵੇਦਾਰ ਹਾਂ ਆਪਦੀ ਪਾਰ ਜਿਹੜੀ ਗੱਲ ਸੁਣੋ ਜਿਹੜਾ ਸਰਪੰਚ ਹੁੰਦਾ ਉਹ ਐਮਐਲਏ ਦਾ ਦਾਵੇਦਾਰ ਹੁੰਦਾ ਹਰ ਐਮਐਲਏ ਸੀਐਮ ਦਾ ਦਾਵੇਦਾਰ ਹੁੰਦਾ ਤੁਸੀਂ ਕਿਟਾਰੇ ਚ ਭਾ ਕੇ ਮੇਰੇ ਕੋ ਝੂਠ ਬੁ ਲੈਣਾ ਜੀ ਕੌਣ ਨਹੀਂ ਦਾਵੇਦਾਰ ਹੁੰਦਾ ਜੀ ਵਾਟ ਇਜ਼ ਰੌਂਗ ਇਨ ਥਿਸ ਆਮ ਦ ਸੀਨੀਅਰ ਮੋਸਟ ਮੈਨ ਆਮ ਦ ਲੀਡਰ ਆਫ ਦ ਆਪੋਜੀਸ਼ਨ ਹੂ ਇਸ ਕਨਸਿਡਰਡ ਟੂ ਬੀ ਦ ਸ਼ੈਡੋ ਚੀਫ ਮਿਨਿਸਟਰ ਆਫ ਦ ਸਟੇਟ ਇਟਸ ਮਾਈ 6th ਟਰਮ ਵਿਜੇਦੀਪ ਮੈਂ ਸਭ ਨਾਲ ਗੁਰੂ ਮਾਰਾ ਸਾਹਿਬ ਦਾ ਬੜਾ ਮਸ਼ਹੂਰ ਆ ਆ ਹੈ ਬੀਨ ਅ ਮੈਂਬਰ ਆਫ ਦ ਪੰਜਾਬ ਵਿਧਾਨ ਸਭਾ 4 ਟਾਈਮ आई बीन अ मेंबर ऑफ दी लोकसभा आई हैव बीन अ मेंबर ऑफ दी राज्यसभा आई हैव बीन दी पार्टी प्रेसिडेंट आई हैव बीन दी यूथ कांग्रेस प्रेसिडेंट नाउ आई एम दी सीएलपी लीडर एंड आई एम 67 ইয়ার্স অফ এজ ਕੋਈ প্যারাশুট তো ਡਿੱਗੇ ਨਹੀਂ 78 ਤੋਂ ਸ਼ੁਰੂ ਹੋਏ ਆ ਤੇ ਬਾਦਲ ਦੀ ਕੁਰਸੀ ਮਲ ਕੇ 45 ਦਿਨ ਬੜੈਲ ਜੇਲ੍ਹ ਚ ਕੱਟੇ ਆਪਣੇ ਪਿਤਾ ਦੀ ਜਿਹੜੀ ਹੂਤੀ ਦਿੱਤੀ ਪੰਜਾਬ ਦੀ ਏਕਤਾ ਵਾਸਤੇ ਤੋਂ ਇਹ ਪਰਿਵਾਰ ਨੈਸ਼ਨਲਿਸਟ ਪਰਿਵਾਰ ਉਹ ਵੀ ਕੁਰਸੀ ਉਹ ਵੀ ਕੁਰਸੀ ਉਸ ਵੇਲੇ ਮੱਲੀ ਜਦੋਂ ਤੁਹਾਡੇ ਪ੍ਰਧਾਨ ਇੱਕ ਸਾਲ ਦੇ ਵੀ ਨਹੀਂ ਸੀਗੇ ਨਹੀਂ ਚਲੋ ਉਹ ਛੋਟਾ ਜ਼ਿਕਰ ਤੁਸੀਂ ਪਿਛਲੇ ਦਿਨ ਕੀਤਾ ਉਹਦੀ ਬੜੀ ਚਰਚਾ ਹੋਈ ਉਹ ਮੈਂ ਬਜ਼ਾਕੀ ਆ ਤਾਂ ਗੱਲ ਕੀਤੀ ਇੱਕ ਸਟੇਜ ਤੋਂ ਗੱਲ ਚੱਲ ਰਹੀ ਸੀ ਤੇ ਮੈਂ ਕਿਹਾ ਕੱਲੀ ਕਾਂਗਰਸ ਇਹ ਜਿਹੜੀ ਨੌਜਵਾਨ ਨੌਜਵਾਨਾਂ ਨੂੰ ਵੀ ਇਹੋ ਜਿਹੀ ਪੋਜੀਸ਼ਨ ਦੇ ਸਕਦੀ ਏ ਮੈਂ ਉਦੋਂ ਗੱਲ ਕੀਤੀ ਸੀ ਕਿ 1978 ਅਗਸਟ ਦੇ ਵਿੱਚ ਮੈਂ 45 ਦਿਨ ਜੇਲ੍ਹ ਰਿਹਾ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੈਕਟਰੀਅਟ ਚੀਫ ਮਿਨਿਸਟਰ ਦੇ ਦਫ਼ਤਰ ਨੂੰ ਭੰਨ ਕੇ ਉਹਨਾਂ ਦੀ ਕੁਰਸੀ ਤੇ ਕਬਜ਼ਾ ਕਰ ਲਿਆ ਤੇ ਉਦੋਂ ਰਾਜਾ ਵੜਿੰਗ ਜੀ ਜਿਹੜੇ ਨੇ ਇਹਨਾਂ ਦਾ ਜਨਮ ਹੋਇਆ ਨਵੰਬਰ 1977 ਦਾ 9 ਮਹੀਨਿਆਂ ਦੇ ਸੀ ਤੋਂ ਮੈਂ ਇਹ ਜ਼ਿਕਰ ਕੀਤਾ ਸੀ ਕਿ ਅਸੀਂ ਜੇਲ੍ਹ ਵਿੱਚ ਸੀ ਇਹਨਾਂ ਦਾ ਜਨਮ ਹੋਇਆ ਸੀ ਇਹ 9 ਮਹੀਨਿਆਂ ਦੇ ਅਸੀਂ ਵੇਖੋ ਇੱਕ ਨੌਜਵਾਨ ਸਾਡੇ ਤੋਂ ਕਦੋਂ ਦਾ ਸ਼ੁਰੂ ਹੋਇਆ ਅੱਜ ਸਾਡਾ ਪ੍ਰਧਾਨ ਬਣ